ਕਾਫੀ ਸਮੇਂ ਤੋਂ ਇਨਫੋਰਮੇਸ਼ਨ ਸੀ ਵੀ ਇਹਦਾ ਹਸਬੈਂਡ ਵਾਈਫ ਨਸ਼ਾ ਵੇਚ ਰਹੇ ਨੇ ਅਤੇ ਇਲਾਕੇ ਨੂੰ ਕਾਫੀ ਤੌਰ 'ਤੇ ਇਸ ਬਰਬਾਦ ਕਰ ਰਹੇ ਨੇ ਜੀ। ਇਹਦੇ ਕੋਲੋਂ ਕੱਲ੍ਹ ਨਾਕੇ ਦਰਮਿਆਨ ਚੈੱਕ ਕੀਤਾ ਗਿਆ ਅਤੇ ਇਹਦੇ ਕੋਲੋਂ 100 ਗ੍ਰਾਮ ਹਿੰਨ ਕਮਲਜੀਤ ਕੋਲੋਂ ਅਤੇ ਇਹਦੀ ਵਾਈਫ ਕੋਲੋਂ 20 ਗ੍ਰਾਮ ਹਿੰਨ ਬਰਾਮਦ ਹੋਈ ਜੀ। ਇਹ ਕੋਈ ਸ਼ਿਕਾਇਤਾਂ ਦੇ ਆਧਾਰ ਉੱਤੇ? ਬਿਲਕੁਲ ਜੀ, ਇਹਦੀ ਇਨਪੁੱਟ ਸੀ, ਇਨਫੋਰਮੇਸ਼ਨ ਸੀ ਵੀ ਕਾਫੀ ਤੌਰ 'ਤੇ ਕਾਫੀ ਨਸ਼ਾ ਵੇਚਣ ਦੇ ਜੀ। ਕੀ ਪਿੰਡ ਵਾਲਿਆਂ ਦੀ ਕੋਈ ਇਨਫੋਰਮੇਸ਼ਨ? ਬਿਲਕੁਲ ਨਹੀਂ, ਉਹਨਾਂ ਨੇ ਸਾਨੂੰ ਆਪਦੀ ਸ਼ਿਕਾਇਤਾਂ ਮਿਲ ਰਹੀਆਂ ਸੀ ਇਸ ਸੰਬੰਧੀ। ਤਕਰੀਬਨ ਕਿੰਨੇ ਚਿਰ ਤੋਂ ਨਸ਼ੇ ਦਾ ਕੰਮ ਕਰ ਰਹੇ ਹੈ? ਇੱਕ 3-4 ਮਹੀਨੇ ਨਸ਼ੇ ਦਾ ਕੰਮ ਕਰ ਰਹੇ ਲੱਗ ਰਿਹਾ ਪਤਾ ਜੀ। ਕਿੰਨੇ ਪਰਚੇ ਇਹ? 7 ਪਰਚੇ ਦਰਜ ਨੇ ਜੀ। ਸਪਲਾਈ ਆਪਣੀ ਦੇ ਤਫਤੀਸ਼ ਕਰ ਰਹੇ। ਇਹ ਸਪਲਾਈ ਦੇਣ ਆਏ ਸੀ ਕਿ ਜਾਂ ਮਲੀ ਦੇਣ ਚੱਲੇ ਸੀ? ਇਹ ਦੇ ਵੈਰੀਫਾਈ ਕਰਨ ਦੀ। ਸਰ ਕਿਹੜੇ ਪਿੰਡ ਦੇ ਹੈ? ਦਵਾਨੀ ਵਾਲਾ ਭਾਜੀ।